ਲੋ ਜੀ ਸਿਆਣੇ ਕਹਿੰਦੇ ਨੇ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਉਸ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੈ। ਸੋ ਕਿਤੋਂ ਬੋਲੀਆਂ ਉਸ ਪਰਮਾਤਮਾ ਦੇ ਨਾਮ ਦੀਆਂ। ਸੋ ਕੀ ਕਹਿੰਦਾ ਜੀ, ਉਹ ਸੁਣੋ ਭਰਾ ਉਹ ਸੁਣੋ ਵੀਰਨੋ, ਜਦ ਵੀ ਕਿਤੇ ਵਿੱਚ ਆਈਏ ਭਾਈ ਧਰਤੀ ਮਾਂ ਨੂੰ ਮੱਥਾ ਟੇਕ ਕੇ, ਹੋ ਧਰਤੀ ਮਾਂ ਨੂੰ ਮੱਥਾ ਟੇਕ ਕੇ ਸਾਜਾ ਨੂੰ ਹੱਥ ਲਾਈਏ, ਚਾਰ ਸਪੇਰੇ ਖੜੇ ਲੋਕ ਨੇ ਉਹ ਸਭ ਨੂੰ ਫਤਿਹ ਬੁਲਾਈਏ, ਦਸਾਂ ਗੁਰਾਂ ਨੂੰ ਧਿਆ ਕੇ ਬੇਲੀਓ, ਹੋ ਫਿਰ ਬੋਲੀਆਂ ਪਾਈਏ ਜੋਰ ਜਵਾਨੀ ਤੇ, ਕਿਤੇ ਵਿੱਚ ਦਿਖਾਈਏ ਜੋਰ ਜਵਾਨੀ, ਕਿਤੇ ਵਿੱਚ ਦਿਖਾਈਏ ਜੋਰ ਜਵਾਨੀ ਤੇ, ਕਿਤੇ ਵਿੱਚ ਦਿਖਾਈਏ ਜੋਰ ਜਵਾਨੀ ਤੇ। ਕਿਤੇ ਵਿੱਚ ਦਿਖਾਈਏ ਜੋਰ ਜਵਾਨੀ ਦੇ। ਸੋ ਕੀ ਕਹਿੰਦਾ ਜੀ, ਹੋ ਸ਼ਾਮਾ 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 ਭੁੱਲਿਆ ਕਿਉਂ ਫਿਰਦਾ ਓਏ ਮਾਮਾ ਠੰਡੀਆਂ, ਹੋ ਮਾਮਾ ਠੰਡੀਆਂ ਸ਼ਾਮਾ ਬਈ ਮਾਂ ਦਾ ਦੇ ਨਹੀਂ ਦੇ ਸਕਦਾ ਕੋਈ, ਹੋ ਕੀ ਰਾਜਾ ਕੀ ਰਾਣਾ ਬਈ ਗੁਰੂ ਬਿਨਾ ਕਹਿੰਦੇ ਗਿਆਨ ਨਹੀਂ, ਹੋ ਗੁਰੂ ਬਿਨਾ ਕਹਿੰਦੇ ਗਿਆਨ ਨਹੀਂ ਹੁੰਦਾ, ਸੱਚੀ ਗੱਲ ਸੁਣਾਵਾਂ ਬਈ ਗੁਰਦਿੱਤਾ ਮੈਨੂੰ ਭਲਾਉਣ ਵਾਲੇ, ਤਾਈਓ ਜਾ ਮੇਰੀ ਹੱਥ ਲਾਵਾਂ ਬਾਬੇ ਦੀ ਕਿਰਪਾ ਨਾ, ਜੋੜ ਬੋਲੀਆਂ ਪਾਵਾਂ ਬਾਬੇ ਦੀ ਕਿਰਪਾ, ਜੋੜ ਬੋਲੀਆਂ ਪਾਵਾਂ ਬਾਬੇ ਦੀ ਕਿਰਪਾ, ਜੋੜ ਬੋਲੀਆਂ ਪਾਵਾਂ ਬਾਬੇ ਦੀ ਕਿਰਪਾ ਨਾ। ਲਓ ਜੀ ਗੱਲ ਸੱਭਿਆਚਾਰ ਦੀ ਕਰਨ ਲੱਗੇ ਆ। ਸੋ ਕੀ ਕਹਿੰਦਾ ਜੀ, ਹੋ ਸੱਭਿਆਚਾਰ ਬਦਲ ਗਿਆ ਸਾਡਾ, ਲੋਕ ਬਦਲ ਗਏ ਸਾਰੇ ਬਈ, ਕੁਝ ਰੋਟੀ ਨੇ ਬਾਹਰ ਭੇਜਤੇ, ਹੋ ਕੁਝ ਰੋਟੀ ਨੇ ਬਾਹਰ ਭੇਜਤੇ, ਕੁਝ ਨਸ਼ੇ ਨੇ ਖਾਲੇ ਪੂਜਾ ਭੁੱਲ ਗਈ ਓਏ, ਤੁਧ ਕਾਰਨੋ ਹਾਰੇ ਪੂਜਾ ਭੁੱਲ ਗਈ, ਤੁਧ ਕਾਰਨੋ ਹਾਰੇ ਪੂਜਾ ਭੁੱਲ ਗਈ, ਤੁਧ ਕਾਰਨੋ ਹਾਰੇ ਪੂਜਾ ਭੁੱਲ ਗਈ ਓਏ। ਲੋ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਫੈਸ਼ਨ ਦਾ ਬੜਾ ਦੌਰ ਚੱਲਦਾ। ਸੋ ਮੁੰਡੇ ਜਾਂ ਕੁੜੀਆਂ ਨੂੰ ਤਾਂ ਫੈਸ਼ਨ ਦਾ ਜਿਹੜਾ ਤੂਤ ਸਵਾਰਾ ਉਹ ਹੈਗਾ ਹੀ ਹੈਗਾ। ਸੋ ਨਾਲ ਦੀ ਨਾਲ ਇੱਕ 70 ਸਾਲ ਦੀ ਬੇਬੇ ਨੂੰ ਵੀ ਫੈਸ਼ਨ ਦੀ ਲੱਤ ਲੱਗ ਜਾਂਦੀ ਹੈ, ਤਾਂ ਬਾਪੂ ਨੂੰ ਕਹਿੰਦੀ ਆ ਵੀ ਮੈਨੂੰ ਸੁਰਖੀ ਲੈ ਦੇ ਵੀ ਮੈਨੂੰ ਪਾਊਡਰ ਲੈ ਦੇ। ਸੋ ਬਾਪੂ ਕੀ ਕਹਿੰਦਾ, ਸੋ ਇੱਕ ਦਿਨ ਬੇਬੇ ਨੂੰ ਬਹਾਨਾ ਜਿਹਾ ਮਿਲ ਜਾਂਦਾ, ਸੁਣੋ ਇੱਕ ਦਿਨ ਪੇਕੇ ਗਈ ਹੁੰਦੀ ਆ, ਤਾਂ ਬੇਬੇ ਨੂੰ ਜਿਹੜੀ ਉਹ ਸੁਰਖੀ ਬਿੰਦੀ ਵਾਲੀ ਜਿਹੜੀ ਉਹ ਪੈਂਟਾਂ ਨਾਉਂਦੀ ਉਹ ਹੱਥ ਲੱਗ ਜਾਂਦੀ ਆ, ਤਾਂ ਫਿਰ ਕੀ ਕਹਿੰਦਾ, ਹੋ ਇੱਕ ਦਿਨ ਬੋਟੀ ਤੁਰ ਗਈ ਪੇਕੇ, ਆ ਬੇਬੇ ਨੇ ਪਿਉਤ ਬਣਾਈ ਬਈ ਬਾਪੂ ਕੋਲੋਂ ਅੱਖ ਬਚਾ ਕੇ, ਹੋ ਬਾਪੂ ਕੋਲੋਂ ਅੱਖ ਬਚਾ ਕੇ ਬੇਬੇ ਸ਼ੀਸ਼ੇ ਵੱਲ ਨੂੰ ਹੋਈ, ਫਿਰ ਸੁਰਖੀ ਬਿੰਦੀ ਲਾ ਕੇ ਬੇਬੇ ਨੇ, ਹੋ ਸੁਰਖੀ ਬਿੰਦੀ ਲਾ ਕੇ ਬੇਬੇ ਨੇ ਆਪਣੀ ਟੋਹਰ ਬਣਾਈ ਬਈ ਅੱਖਾਂ ਦੇ ਵਿੱਚ ਪਾ ਕੇ ਕਜਲਾ, ਬਈ ਅੱਖਾਂ ਦੇ ਵਿੱਚ ਪਾ ਕੇ ਕਜਲਾ, ਕਰ ਲੈ ਨੇਤਰ ਟੇਡੇ ਭਰਤੀ ਫੈਸ਼ਨ ਨੇ, 70 ਸਾਲ ਦੀ ਬੇਬੇ ਭਰਤੀ ਫੈਸ਼ਨ, 70 ਸਾਲ ਦੀ ਬੇਬੇ ਭਰਤੀ ਫੈਸ਼ਨ, 70 ਸਾਲ ਦੀ ਬੇਬੇ ਭਰਤੀ ਫੈਸ਼ਨ ਨੇ। ਚਲੋ ਜੀ, ਗੱਲ ਟੀਵੀ ਚੈਨਲਾਂ ਦੀ ਕਰਨ ਲੱਗਿਆ, ਕਿਉਂਕਿ ਅੱਜ ਕੱਲ੍ਹ ਟੀਵੀ ਨਹੀਂ ਸੋ ਐਲਈਡੀਆਂ ਆ ਗਈਆਂ, ਸੋ ਵੱਡੀਆਂ ਵੱਡੀਆਂ, ਸੋ ਜਿੰਨੀਆਂ ਆਪਣੇ ਘਰਾਂ ਦੇ ਐਲਈਡੀਆਂ ਵੱਡੀਆਂ ਆ ਗਈਆਂ, ਉਨੇ ਹੀ ਚੈਨਲ ਜਿਹੜੇ ਉਹ ਜ਼ਿਆਦਾ ਹੋ ਗਏ ਨੇ। ਸੋ ਘਰ ਘਰ ਦੇ ਵਿੱਚ ਲੜਾਈ ਆ, ਕੋਈ ਕਹਿੰਦਾ ਮੈਂ ਆਹ ਚੈਨਲ ਲਾਉਣਾ, ਸੋ ਕਈ ਕਹਿੰਦਾ ਮੈਂ ਆਹ ਲਾਉਣਾ। ਸੋ ਧਿਆਨ ਨਾਲ ਸੁਣਨ ਵਾਲੀ ਬੋਲੀ ਆ, ਸੋ ਕੀ ਕਹਿੰਦਾ ਜੀ, ਹੋ ਪਾਉਣਾ 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 ਬਈ ਜਦੋਂ ਦੇ ਹੋ ਗਏ ਚੈਨਲ ਵਾਲੇ, ਹੋ ਜਾਂਦੇ ਹੋ ਗਏ ਚੈਨਰ ਵਾਲੇ, ਨੰਗਾ ਹੋ ਗਿਆ ਨੱਚਣਾ ਗਾਉਣਾ ਬਈ ਬਾਪੂ ਕਹਿੰਦਾ ਲਾ ਪੀਟੀ ਸੀ, ਹੋ ਬਾਪੂ ਕਹਿੰਦਾ ਲਾ ਪੀਟੀ ਸੀ, ਜਿੱਥੇ ਮੁੱਖ ਮੰਤਰੀ ਆਉਣਾ ਬਈ ਬੇਬੇ ਕਹਿੰਦੀ ਲਾ ਡਿਸਕਵਰੀ, ਹੋ ਬੇਬੇ ਕਹਿੰਦੀ ਲਾ ਡਿਸਕਵਰੀ, ਜਿੱਥੇ ਸ਼ੇਰ ਨੇ ਝੋਟਾ ਢਾਉਣਾ ਬਈ ਨੋ ਵੀ ਕੱਲ ਦੀ ਰੁੱਸੀ ਫਿਰ, ਹੋ ਨੋ ਵੀ ਕੱਲ ਦੀ ਰੁੱਸੀ ਫਿਰਦੀ, ਕਹਿੰਦੀ ਸਟਾਰ ਪਲੱਸ ਹੈ ਲਾਉਣਾ, ਬੱਚੇ ਹੋ ਗਏ ਜਿੱਦੀ ਵਾਲੇ, ਬੱਚੇ ਹੋ ਗਏ ਜਿੱਦੀ ਵਾਲੇ, ਕਹਿੰਦੇ ਕਾਰਟੂਨ ਦੇਖ ਕੇ ਸੋਣਾ ਬਈ ਮੁੰਡੇ ਕੁੜੀਆਂ ਘੱਟ ਨੇ ਕਿਹੜਾ, ਹੋ ਮੁੰਡੇ ਕੁੜੀਆਂ ਘੱਟ ਨੇ ਕਿਹੜਾ, ਕਹਿੰਦੇ ਫੈਸ਼ਨ ਟੀਵੀ ਲਾਉਣਾ ਇਹਨਾਂ ਸਟੇਜਾਂ ਨੇ, ਸੱਭਿਆਚਾਰ ਬਚਾਉਣਾ ਇਹਨਾਂ ਸਟੇਜਾਂ ਨੇ।
एक दो बोलियां पाके समाप्ति करेंगे। सुखी कहना जी वो तुर तो यार रीत हमारी मिलना ऐसी नचाऊंगे भाई फिक्की मंदी बोली कोई वो फिक्की मंदी बोली कोई शहर लोक नहीं पाऊंगे भाई चार कड़ी का दर्शन मेला वो चार कड़ी का दर्शन मेला आदर नाल बुलाऊंगे एक दिन खुशियां दे रोज रोज नहीं आऊंगे एक दिन खुशियां रोज रोज नहीं आऊंगे एक दिन खुशियां दे ਸੁਖੀ ਕਹਿੰਦਾ ਜੀ ਹੋ ਵਿੱਚ ਸਰੀਕੇ ਰਹਿਣਾ ਹੋਵੇ ਰਹੀਏ ਠੋਕ ਵਜਾ ਕੇ ਬਈ ਧੀ ਭੈਣ ਦਾ ਦਈਏ ਨਾ ਮੇਣਾ ਹੋ ਧੀ ਭੈਣ ਦਾ ਦਈਏ ਨਾ ਮੇਣਾ ਰੱਖੀਏ ਪੱਤ ਬਚਾ ਕੇ ਬਈ ਸੱਥ ਚ ਬਹਿ ਕੇ ਗਾਂ ਨਾ ਕੱਢੀਏ ਹੋ ਰੱਖੀਏ ਮਨ ਸਮਝਾ ਕੇ ਬਈ ਮੁਕਰ ਜਾਣਾ ਮਨ ਬਰੋਬਰ ਹੋ ਨਾ ਕਰੀਏ ਗੱਲ ਲਾ ਕੇ ਗੱਲਾਂ ਕੰਬਦੀਆਂ ਸੁਣ ਤਰਾ ਕਿਨ ਲਾ ਕੇ ਗੱਲਾਂ ਕੰਬਦੀਆਂ ਸੁਣ ਤਰਾ ਕਿਨ ਲਾ ਕੇ ਗੱਲਾਂ ਕੰਬਦੀਆਂ सुनो जी एक बोली साड़ी नवी ब्याही जोड़ी उन्होंने लिया सोकी कह मुंडा कुड़ी तो सोहना लगता कुड़ी मुंडे तो सोहनी भाई देख दोहां लगता ऐसा वो देख दोहां लगता ऐसा जोड़ी होर नहीं ऐसी होनी भाई ज्यौदा रहे बचोला भाई वो ज्यौदा रहे बचोला जी ने चुपे बारी चक्की मेरे सतगुरु जी निगा मेहर दी रखी मेरे सतगुरु जी निगा मेहर दी रखी मेरे सतगुरु जी निगा मेहर दी रखी मेरे सतगुरु जी आओ चलो जी लास्ट बोली पाके समाप्ति करांगे सुखी कहंदे जी ओ थम्मिया 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 भाई घर दे मैनू कर दे गाला ओ घर दे मैनू कर दे गाला कम ना करे ना कम्या बेला बैठ के जोड़ा बोलिया ओ बेला बैठ के जोड़ा बोलिया गल किसे दी मन्ने नी मैं घर मापिया दे बोले पाउण नू जम्मे नी मैं घर मापिया बोले पाउण नू जम्मे नी मैं घर मापिया दे ਜੀ ਜਿਨ੍ਹਾਂ ਨੂੰ ਮਲਵਈ ਗਿੱਧਾ ਚੰਗਾ ਲੱਗਿਆ ਉਹ ਤਾੜੀ ਮਾਰ ਦਿਓ ਸੋ ਥੈਂਕ ਯੂ ਮਿਹਰਬਾਨੀ ਜੀ ਕਿਉਂਕਿ ਜਦੋਂ ਤੁਸੀਂ ਤਾੜੀਆਂ ਮਾਰ ਦਿੰਦੇ ਤਾਂ ਸਾਡਾ ਹੌਸਲਾ ਹੋਰ ਹੋ ਜਾਂਦਾ ਕਿਉਂਕਿ